ਮੋਹਾਲੀ ਦੇ ਕਟਾਨੀ ਪ੍ਰੀਮੀਅਮ ਢਾਬੇ ਦੇ ਵਿਚ 26-27 ਦੀ ਰਾਤ ਨੂੰ ਹੋਏ ਫਾਇਰਿੰਗ ਮਾਮਲੇ ਦੇ ਵਿਚ ਹੁਣ ਪੁਲਿਸ ਨੂੰ ਮੋਹਾਲੀ ਦੀ ਸਪੈਸ਼ਲ ਸੈੱਲ ਨੂੰ ਹੋਰ ਕਾਮਯਾਬੀ ਹਾਸਲ ਹੋਈ ਹੈ, ਜਿਹਦੇ ਵਿਚ ਵੈਪਨਸ ਜਿਹੜੇ ਯੂਜ਼ ਹੋਏ ਸੀ ਉਹ ਵੀ ਰਿਕਵਰ ਕਰ ਲਏ ਗਏ ਨੇ। ਹੋਰ ਵੀ ਜਿਹੜੇ ਉਨ੍ਹਾਂ ਦੇ ਸਾਥੀ ਉਥੇ ਪਹੁੰਚੇ ਸੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਗਿਆ। ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਨੇ ਖੁਲਾਸਾ ਕੀਤਾ। ਸਾਡੇ ਨਾਲ ਸੀਨੀਅਰ ਆਫਿਸਰਸ ਨੇ, ਸਪੈਸ਼ਲ ਸੈੱਲ ਦੇ DSP, ਸਪੈਸ਼ਲ ਸੈੱਲ ਦੇ ਇੰਸਪੈਕਟਰ ਸ਼ਿਵ ਕੁਮਾਰ ਉਹ ਸਾਡੇ ਨਾਲ ਨੇ। ਸਰ, ਇਹ ਪੂਰਾ ਜਦ ਮੈਟਰ ਹੋਇਆ ਸੀਗਾ ਰਾਤ ਨੂੰ ਕਰੀਬ 12:30 ਫਾਇਰਿੰਗ ਹੋਈ ਸੀ, ਹੁਣ ਇਸ ਮੈਟਰ 'ਚ ਅਪਡੇਟ ਕੀ ਸਾਹਮਣੇ ਆਇਆ? ਆਪਣਾ ਮਨੋਜ ਜੀ, ਇੱਕ ਸੈਂਸੇਸ਼ਨਲ ਜਿਹਾ ਕੇਸ ਹੋ ਗਿਆ ਸੀਗਾ ਕਿ ਕਟਾਨੀ ਪ੍ਰੀਮੀਅਮ ਰੈਸਟੋਰੈਂਟਸ ਦੇ ਵਿੱਚ 26-27 ਦੀ ਰਾਤ ਨੂੰ, ਦਰਮਿਆਨੀ ਰਾਤ ਨੂੰ ਫਾਇਰਿੰਗ ਇੰਸੀਡੈਂਟ ਹੋਇਆ ਸੀਗਾ। ਔਰ ਉਸ ਤੋਂ ਕੁਝ ਸਮਾਂ ਪਹਿਲਾਂ ਇੱਕ ਨਾਮੀ ਮਿਊਜ਼ਿਕ ਇੰਡਸਟਰੀ ਦਾ ਇੱਕ ਵਿਅਕਤੀ ਹੈ, ਉਹਨੂੰ ਕਾਲ ਆਉਂਦੇ ਐਕਸਟ੍ਰੋਰਸ਼ਨ ਦੇ, ਔਰ ਇਹ ਦੋਨੋਂ ਚੀਜ਼ਾਂ ਨੂੰ ਜੋੜ ਕੇ ਵੇਖਿਆ ਗਿਆ ਅਤੇ ਗੱਲ ਸਾਹਮਣੇ ਆਈ ਕਿ ਬੰਬੀਹਾ ਗੈਂਗ ਦਾ ਜਿਹੜਾ ਮੇਨ ਗੈਂਗਸਟਰ ਲੱਕੀ ਪਟਿਆਲ, ਉਹਦੇ ਵੱਲੋਂ ਫਰੌਤੀ ਕਾਲ ਕੀਤੀ ਗਈ ਸੀ, ਔਰ ਉਹਦੇ ਵੱਲੋਂ ਹੀ ਇਹ ਫਰੌਤੀ ਕਾਲ ਕਰਨ ਤੋਂ ਬਾਅਦ ਜਿਹੜਾ ਫਾਇਰਿੰਗ ਇੰਸੀਡੈਂਟ ਜਿਹੜਾ ਆ ਉਹਨੂੰ ਅੰਜਾਮ ਦਿੱਤਾ ਗਿਆ ਸੀਗਾ। ਇਸ ਦੇ ਵਿੱਚ ਪਹਿਲਾਂ 2 ਗ੍ਰਿਫਤਾਰੀ ਕੀਤੀਆਂ ਗਈਆਂ ਸੀਗੀਆਂ, ਇੱਕ ਗ੍ਰਿਫਤਾਰੀ STF ਹਰਿਆਣਾ ਵੱਲੋਂ ਔਰ ਇੱਕ ਗ੍ਰਿਫਤਾਰੀ AGTF ਪੰਜਾਬ ਵੱਲੋਂ ਕੀਤੀ ਗਈ ਸੀਗੀ। ਉਸ ਤੋਂ ਬਾਅਦ ਸਾਡੀ ਟੀਮ ਨੇ ਕੇਸ ਜਿਹੜਾ ਟੁੱਕ ਓਵਰ ਕੀਤਾ, ਔਰ ਇਹਦੇ ਵਿੱਚ ਜਿਹੜੇ ਮੁੱਖ 2 ਆਰੋਪੀ ਜਿਹੜੇ ਐਟ ਲਾਰਜ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਫਾਇਰਰ ਸੀਗਾ ਰਣਬੀਰ ਰਾਣਾ, ਉਹਨੂੰ ਗ੍ਰਿਫਤਾਰ ਕੀਤਾ ਗਿਆ, ਔਰ ਉਹਦੇ ਪੁਜੈਸ਼ਨ ਦੇ ਵਿੱਚੋਂ ਜਿਹੜੇ 2 ਵੈਪਨ ਕ੍ਰਾਈਮ ਦੇ ਵਿੱਚ ਯੂਜ਼ ਕੀਤੇ ਗਏ ਨੇ ਉਹ ਵੀ ਰਿਕਵਰ ਕੀਤੇ ਗਏ ਨੇ। ਇਸ ਦੇ ਨਾਲ ਹੀ ਇੱਕ ਅਰਸ਼ ਨਾਮ ਦਾ ਲੜਕਾ ਹੈਗਾ ਜਿਹਨੇ ਰੈਕੀ ਕੀਤੀ ਸੀ ਔਰ ਜਿਹਦਾ ਵਹੀਕਲ ਯੂਜ਼ ਹੋਇਆ ਸੀਗਾ, ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ। ਠੀਕ ਹੈ ਸਰ, ਹੁਣ ਤੱਕ ਦੀ ਨਿਚਲੀ ਇਨਵੈਸਟੀਗੇਸ਼ਨ 'ਚ ਹੋਰ ਕੀ ਹੈ? ਇਹਨਾਂ ਦੇ ਨਾਲ ਕੋਈ ਹੋਰ ਵੀ ਸਾਥੀ ਸੀਗੇ ਜਾਂ ਪੂਰਾ ਕਿਸ ਤਰ੍ਹਾਂ ਦਾ ਇਹਨਾਂ ਨੇ ਪਲਾਨ ਕੀਤਾ ਸੀ? ਬੇਸਿਕਲੀ ਜਿਹੜਾ ਅਰਸ਼ ਹੈਗਾ ਇਹ ਇੱਕ ਬੰਬੀਹਾ ਗੈਂਗ ਦਾ ਹੀ ਵਿਅਕਤੀ ਹੈ, ਮਨਦੀਪ ਧਾਲੀਵਾਲ, ਉਹਦੇ ਟੱਚ ਵਿੱਚ ਆਇਆ ਸੀਗਾ ਜੇਲ੍ਹ ਦੇ ਵਿੱਚ। ਉਸ ਤੋਂ ਬਾਅਦ ਮਨਦੀਪ ਧਾਲੀਵਾਲ ਦੇ ਥਰੂ ਇਹ ਲੱਕੀ ਪਟਿਆਲ ਦੇ ਟੱਚ 'ਚ ਆ ਗਿਆ, ਔਰ ਇਹ ਨੌਜਵਾਨ ਜਿਹੜੇ ਨੇ ਇਹਨਾਂ ਨੂੰ ਗੁੰਮਰਾਹ ਕਰਕੇ, ਕਿਉਂਕਿ ਇਹ ਯੰਗ ਯੂਥ ਹੈਗਾ ਜਿਹੜਾ ਕਿ ਅਨਇੰਪਲੋਇਡ ਹੈ, ਉਹਨਾਂ ਨੂੰ ਗੁੰਮਰਾਹ ਕਰਕੇ ਜਿਹੜਾ ਕ੍ਰਾਈਮ ਦੇ ਰਸਤੇ ਵੱਲ ਤੋਰਿਆ ਗਿਆ, ਔਰ ਇਹਨਾਂ ਵੱਲੋਂ ਜਿਹੜਾ ਇਹ ਕ੍ਰਾਈਮ ਕਰਵਾਇਆ ਗਿਆ। ਇਹਦੇ ਵਿੱਚ ਜਿਹੜਾ ਅਰਸ਼ ਹੈਗਾ ਇਹਨੇ ਆਪਣਾ ਵਹੀਕਲ ਯੂਜ਼ ਕਰਕੇ ਰੈਕੀ ਕਰਵਾਈ, ਔਰ ਬਾਅਦ 'ਚੋਂ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਹੈਗਾ ਲੱਕੀ ਪਟਿਆਲ ਵੱਲੋਂ ਇਹਨਾਂ ਨੂੰ ਦਵਾਇਆ ਗਿਆ, ਔਰ ਉਸ ਚੋਰੀ ਦੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਇਹ 3 ਜਣੇ ਜਾ ਕੇ ਫਾਇਰਿੰਗ ਕਰਕੇ ਆਉਂਦੇ। ਸਰ, ਵੈਪਨਸ ਕਿੱਥੋਂ ਲੈ ਕੇ ਆਏ, ਕਿਹਨਾਂ ਨੇ ਮੁਹੱਈਆ ਕਰਾਏ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ? ਵੈਪਨ ਲੱਕੀ ਪਟਿਆਲ ਵੱਲੋਂ ਇਹਨੂੰ ਮੁਹੱਈਆ ਕਰਾਏ ਗਏ ਸੀਗੇ। ਹੁਣ ਇਹਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਇਸ ਕੇਸ ਦਾ, ਜਿਹੜਾ ਫਾਲੋਅਪ ਐਕਸ਼ਨ ਲਵਾਂਗੇ ਕਿ ਇਹਦੇ ਵਿੱਚ ਵੈਪਨ ਦਾ ਸੋਰਸ ਕੀ ਸੀਗਾ। ਠੀਕ ਹੈ, ਕਿਉਂਕਿ ਇੰਨੀ ਗੱਲ ਸਾਹਮਣੇ ਆ ਗਈ ਹੈ, ਫਰਦਰ ਜਿਹੜੀ ਵੀ ਕੋਈ ਚੀਜ਼ ਹੋਊਗੀ ਫਿਰ ਮੀਡੀਆ ਨਾਲ ਸ਼ੇਅਰ ਕਰਾਂਗੇ। ਤੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਹਾਲਾਂਕਿ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਇਆ, ਵੈਪਨ ਕਿੱਥੋਂ ਆਏ, ਕਿਹਦੇ ਕਹਿਣ ਤੇ ਕਿਸ ਤਰ੍ਹਾਂ ਦੀ ਰੈਕੀ ਕਰਦੇ ਸੀਗੇ, ਕਿੰਨੇ ਦਿਨ ਪਹਿਲਾਂ ਰੈਕੀ ਹੋਈ ਸੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ। ਮੋਹਾਲੀ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।